ਪਾਲੋ ਬਹੁਤ ਪਾਲਣ ਤੋਂ ਕੋਈ ਕੰਮ ਚੱਲੇ ਹੀ ਕੋਈ ਨਹੀਂ ਇੱਥੇ ਕਿੱਥੇ ਬਾਈ ਹੋ ਰਿਹਾ ਦੋਵਾਂ ਅੱਛਾ ਤੂੰ ਕੀ ਕਰਿਆ ਮਿਲੂ ਤੇਲੋ ਬਾਈ ਬੋ ਮੇਰੋਂ ਮਿਲੂ ਹੈ ਅੱਛਾ ਬੋ ਤੇਰੋਂ ਮਿਲੂ ਹੈ ਵੇਲਾ ਵੇਲਾ ਬਾਈ ਹੋ ਇੱਥੇ ਕਿੱਥੇ ਬਾਈ ਹੋ ਮੈਂ ਤਾਂ ਇਹ ਕੀ ਯਾਰ ਮਾਂ ਬਾਪ ਦੋ ਵਾਰ ਤੂੰ ਕੀ ਕਰ ਲਿਆ ਦੋ ਹੁਣ ਤਾਂ ਨਹੀਂ ਤੂੰ ਮਤ ਤਨਾ ਵਾਰੀ ਜੇ ਲੁੜ ਜਾਂ ਤੋ ਲੈ ਲਾ ਆਪੀ ਘਰ ਸਮਾਲ ਯਾਰ ਇਹ ਬਕਵਾਸ ਹੈ ਤੇ ਦੋ ਰਿਆਂ ਨਹੀਂ ਕੀ ਬਾਗ ਪਾੜੋ ਤੋ ਯਾਰ ਅਰੇ ਇੱਥੇ ਕਿੱਥੇ ਬਾਈ ਅਰੇ ਤੂੰ ਬਾਈ ਬੂਈ ਕੀ ਰਹਿਣ ਦੇ ਯਾਰ ਬਾਈ ਤੋ ਸੋ ਕੋਰਬ ਗਣਾਈ ਆ ਕੰਮ ਹੋਵਾ ਨਹੀਂ ਤੋ ਇਹ ਕੀ ਗਣੋਈ ਕੋਈ ਕੰਮ ਦੀ ਬਾਤ ਕਰਨੀ ਹੈ ਤਾਂ ਕਰ ਲਿਓ ਇਸ ਤੋਂ ਚੱਲ ਲਓ ਕਿਹੜਾ ਤੋ ਕੰਮ ਦੀ ਬਾਤ ਕਰਾਂਗਾ ਔਰ ਬੈਠੇ ਕੰਮ ਹੀ ਹੈ ਤੋ ਕੰਮ ਹੀ ਤਾਂ ਕਰਨਾ ਹੈ ਤੂੰ ਕੀ ਸੋਚ ਲੈ ਯਾਰ ਸੋਚਣ ਖਾਤਰ ਕੇ ਥੋੜਾ ਫਿਰਨੂ ਪੜੇਗਾ ਤਨੇ ਸੋਚਣ ਨੂੰ ਕੀ ਦੇ ਦੱਸ ਤਾਂ ਤੇਰਾ ਪਹਿਲੇ ਲੱਗ ਜੇ ਅਰੇ ਉਹ ਕਮੀਨੇ ਉਹ ਕੋਨੀ ਉਹ ਇੰਜ ਫਿਰੇ ਕਰੇਗੀ ਜਾਂ ਸੋਚਣ ਖਾਤਰ ਅੱਛਾ ਉਹ ਫਿਲਮਾਂ ਮੈਂ ਆਇਆ ਹਾਂ ਹਾਂ ਉਹ ਫਿਲਮਾਂ ਮੈਂ ਹਾਂ ਮੇਰੀ ਗੱਲ ਸੋਚਣ ਕਰ ਰੱਖਿਓ ਹਾਂ ਬਾਈ ਜੀ ਸਰਾਣੋ ਯਾਦ ਆਈ ਹੈ ਤੇ ਪਰਚਾ ਦੇਣ ਲੱਗ ਜੂ ਨੀ ਇਹ ਬਾਤ ਕਰੇ ਦੇਣ ਲਾ ਜਾ ਪਰਸੋ ਜਾਂ ਆਪਣਾ ਕੋਲ ਪਰਸੋ ਦੇ ਦਿਓ ਨੀ ਖੇਡੋ ਗੁੰਝ ਟੁੱਟਾ ਵਾਲਾ ਛਾਣਾ ਛਾਣਾ ਸਾਰਾ ਮਾਂ ਬੈਠੇ ਬਾਲੇ ਠੀਕ ਆ ਠੀਕ ਯਾਰ ਇੱਕ ਪੜੋਸੀਆਂ ਨੇ ਟੱਬਰ ਉੜੀ ਦੇ ਦਿੰਦੀ ਥੰਜਰ ਗਈ ਯਾਰ ਲਾਗ ਜੇ ਰੋਣ ਯਾਰ ਕਾਨ ਖਾ ਜਾਂ ਤਾਣਾ ਨੀ ਅਰੇ ਕਾਨ ਤੂੰ ਕੋਨੀ ਕਾਨ ਤੂੰ ਖਾਉ ਚੇ ਪਰ ਬੇ ਜੇ ਮਾਰ ਲਾਂਗਣਾ ਮਰੋਂ ਤਾਂ ਨਹੀਂ ਤੂੰ ਬਾਤ ਹੋ ਰਹੀ ਅਬ ਬਾਗ ਲਾਂਗਣਾ ਕੋਨ ਤੂੰ ਆਏ ਰੇ ਮਾਰ ਲਾਂਗਣਾ ਕਦਰ ਹੋ ਸੀ ਉਹ ਤੇ ਕਾਮ ਨਾ ਲੱਗਾ ਅਜ ਤੱਕ ਕੋਈ ਛੋਰੀ ਦੇ ਕੋਨੀ ਯਾਰ ਇਹ ਤੂੰ ਪਾਰ ਕੋਨ ਪੜਾ ਕਰ ਕਾਮ ਫੇਰੇ ਯਾਰ ਆਪਾਂ ਉੱਪਰ ਲਗਾਮ ਲਿਆ ਤੁਹਾਡਾ ਆਪਾਂ ਚੱਲਾਂ ਦੂਸਰਾ ਕੰਮ ਹੈ ਹੈਰਾਜ ਹੀ ਨਿਕਲ ਜਾਵਾਂ ਕੰਮ ਖਾਤਰ ਦੇਖ ਮਿਹਨਤ ਕਰਾਂ ਜਦੀ ਕੀ ਕਮਾਈ ਜੇ ਕੋਈ ਹੱਥ ਭਰਾ ਦੇ ਰਿਹਾ ਬੈਠਾ ਪਾਰ ਕੋਨ ਪੜਿਆ ਖਾਣ ਪੀਣ ਨਾ ਸਾਗਾ ਲੈ ਲਿਆ ਖਾਣ ਪੀਣ ਨੇ ਇਹਾਂ ਕਰਾਂ ਹਾਂ ਮੇਰੇ ਤੋਂ ਦਿਨ ਗਈ ਰੋਟੀ ਕੋਨ ਖਾਈ ਸਾਰਾ ਗੀਤ ਹੋਵੇ ਨੀ ਦੇਸੀ ਹਾਂ ਪੜੇ ਪਿੰਡੀਆਂ ਪੁੰਡੀਆਂ ਬਣਵਾ ਲਏ ਯਾਰ ਤੂੰ ਆਪਣੀਆਂ ਮੋਟਰਸਾਰੋ ਇੱਕ ਪਿੰਡੀਓ ਬਣਵਾ ਲਿਆ ਇਹਾਂ ਕਰ ਲਿਆ ਠੀਕ ਹੈ ਅਬ ਇੱਕਰ ਤੋਂ ਭੂਖ ਹੈ ਕੋਨੀ ਔਰ ਸ਼ਾਮ ਨੇ ਇੱਤਾ ਕੋਈ ਕੰਮ ਮਿਲ ਲਈ ਜੇਗੋ ਅਗਲਾ ਕੀ ਰੋਟੀ ਖਾ ਲਿਆ ਹਾਂ ਚਲੋ ਫਿਰ ਆਪਣਾ ਪਿੰਡੀਓ ਜੁਗਾੜ ਕਰੂ ਮੈਂ ਚਲੋ ਤੂੰ ਤਿਆਰ ਹੋ ਗਿਆ ਡਾ ਭਰਾ ਜੀ ਚਲੋ ਹਾਂ ਤੋ ਪਿੰਡੀਆਂ ਹੀ ਖਾਵਾਂਗਾ ਕੰਮ ਲੱਗ ਗਈ ਕੋਨੀ ਅੰਧੇਰੋ ਨਾ ਆ ਗਈ ਹੋਰ ਕੀ ਕਰਾਂ ਯਾਰ ਬਾਈ ਜੀ ਯਾਰ ਭੂਖ ਸੀ ਲੱਗ ਗਈ ਯਾਰ ਪਿੰਡੀਆਂ ਦੇ ਯਾਰ ਆ ਤਾਂ ਆਗਾ ਦੀ ਪਿੰਡੀਆ ਗਏ ਕੰਮ ਦੇਖੀ ਕੋਨੀ ਪਹਿਲਾਂ ਤਾਂ ਲੱਗ ਗਈ ਭੂਖ ਅੰਧੇਰੋ ਵੀ ਹੋ ਗਿਆ ਹੋ ਗਿਆ ਅੰਧੇਰੋ ਇੱਕ ਪਿੰਡੀਆ ਕਹਿੰਦਾ ਬਹੁਤ ਥਾਂ ਦੇ ਦਿਓ ਮੈਂ ਯਾਰ ਕਿੱਤਾ ਕੋਰ ਚੱਲਾਂਗਾ ਯਾਰ ਅੱਧੀ ਰਾਤ ਹੋ ਗਈ ਯਾਰ ਰਾਤ ਹੋ ਗਈ ਯਾਰ ਰਹਿਣ ਰੋਣ ਕੋ ਇੰਤਜ਼ਾਮ ਕਰੇ ਯਾਰ ਕੋਈ ਇੰਤਜ਼ਾਮ ਅੜ ਕੇ ਕਰਨੋ ਹੈ ਆ ਝੋਪੜੀ ਹੈ ਨਹੀਂ ਹਾਂ ਰਾਤ ਰਾਤ ਕੱਟ ਲਿਆ ਹਰ ਦਿਨ ਉੱਠ ਕੇ ਆਪਾਂ ਫੇਰ ਕੰਮ ਢੂੰਡ ਲਾਂਗਾ ਚੰਗਾ ਰਾਤ ਨੂੰ ਕੰਮ ਕੁੰਦੇ ਹੈ ਹਾਂ ਸਹੀ ਹੈ ਠੀਕ ਹੈ ਰਾਤ ਰਾਤ ਨੂੰ ਕੋਈ ਦਿੱਕਤ ਕੋਈ ਨਹੀਂ ਆ ਜਾਓ ਸਹੀ ਬਾਤ ਹੈ।
मंजूर है, मंजूर है। हाँ मंजूर है, आपने तो मंजूर है। ये लो बोतल में, लो बोतल पे, ये लो। ठीक है, मैं खाऊं थाने पींडियो। भाई जी सपनो तो मन्ना है, के सपनो के बताऊं थाना होए होए। हां फिर आसमान में घूमो परियां लेगी मेरे एकदम ही, और वे आगे कभी मैं ला रहा है, कभी वे ला रहा है, कभी मैं आगे। भाई जी थोड़ी थोड़ी परियां और हां तोड़ंगो खायो दोड़िया गुलाब जामुन दोती बर्फी दोती का रसगुल्ला। इतना जोर को सपनो? हां अच्छा भाई जी, कई परियां तो इतनी सुनी और कई घोकरियो फेरीडो और बोरलो लगाईडो। ये घोकरियो कदे फेर लागी गुटी परियां परियां जवान होए और के तो मेरेला सपना में इसी आवे मास्टर ने सपना में इसी लो में देखे करा मुने परियां किसी को बिलवा में तो झूठ होए, मैं देखी जी की होए सच्ची। और जी बों करी मेरी सेवा, ओए होए पेट दुख लागे इया लेवा भर भर की थाल इया मैं इया इया गोली जद मैंने चाहिए नहीं, इसमें तो आऊं मरी को दो तीन दिन ही नजारे ही आ गया। प्रो हो गया है प्रो, पर ये घर वाला ने बोला प्रो ये अगर तो आवे वो है प्रो तेरे नाल जमीन पर मैं रहने वाला आसमान का मां मैं देखा परी प्रो सारा ले गए यार। ठीक है ठीक है, मेरा सपना सुने तू। सपना ही ना किस आयो? अच्छा सपनों तो मन्ना आयो। अच्छा तेरे लगे ना बढ़िया सपनों है। रात है मेरा सपना भाई राजा, वो ले गए मैंने मेल में पट्ठा पिंगी दासियां कर है मेरी सेवा, प्रात ले आया चांदी की पानी गाड़ी और मेरा पग धोया और कर है सेवा छत्तीस प्रकार को भोजन छत्तीस प्रकार को लंबी लाग रही चुटाला जी लंबी पड़ी मैं चम रेड़ी भोजन की छत्तीस प्रकार को रसगुल्ला पेट दुख लागे तो जोर को आप रुवागे हो राजा ले भाई जी इन्नो जो राजकुमार जी खाओ इतना कठो इन्नो आई भी टाइम में थाने के मतलब कठो ही लेवा अगलो मन्ने ले आगे थी इन्नो ना घोल के थी गिलास यो राजकुमार जी पियो सुनो पी नहीं जद कोई आप उतरे हो फिर आँख खुली सपनो जी यार तेरे लिए जोर को यार अनी बता दियो मैं ही बता दियो अब तू बता तन्ने की आयो सपनो तेरो और सुना फिर मन्ने तैयार किसो सपनो आयो के बताओ ना तो आप में समझ मायो करना था ना समझा सके तो सपनो बता यार के बताओ यार यहाँ सोया सपनो आयो यहाँ हाथ में जान लाग रही हूँ कई बात बाद में वो ड्राइवर आयो वो कर भाई जी डिवेंचर होगी
जय हिंद जय भारत। तो दोस्तों आ वीडियो आज मेरे फरमाई है खेत के अंदर, तो बहुत ही ज्यादा सर्दी है के बताऊं थाने, भयंकर है, हवा चलन आ रही है ठंडी। और बाकी ले रहा है देखो थे सरसों खड़ी है, पीला पीला फूल बहुत ही मस्त लगे। तो बड़ी मेहनत करी है वीडियो पर, तो थे बताइयो किए लगी है थाने, कमेंट करके बताइएगा वीडियो आपको कैसा लगा। और पिंडियांग पांती पर विश्वास ना करियो, चैनल सब्सक्राइब जरूर करियो और ये वीडियो ने लाइक और शेयर जरूर करियो। तो और बाकी मैं लाग रहा मेहनत करण, बहुत बहुत धन्यवाद।